खत्म हो चली है। उन्हें मेहनत की है, मेहनत रंग लिया। अज वीर आए पिंड च, तो चलो परिवार का इतने कोई परिवार को हौसला होया जो दहशत के साए जींदे। अज जतेंद्र सिंह छिने नाम का एक व्यक्ति इतने सुनता होगा, वह पहुंचा आ उहदे वल्लों बकायदा गुजरां का पक्ष लिया जा रहा। कह रहे गुजर के बेचारे आ, बेचारे घर से चढ़ के आते, बेचारे रेहड़े थले बंदा देंदे, बेचारे पट्टां च गोलियां मारदे, बेचारे चादरे चुक के घर के अगे नचदे। ये ये बेचारे ने उन्हें कहने की चादरा बन दे, उन्होंने कुल से जाके बह जा गुजरां दे। इतने अं बिलकुल नहीं जो गिरना, जिहड़ियां जथेबंदियां इतने किसानों के हक च गल करन आईआं ने ਉਹ ਇੱਥੇ ਰਹਿਣ, ਪੁਲਿਸ ਪ੍ਰਸ਼ਾਸਨ ਆਪਣੀ ਬਣਦੀ ਕਾਰਵਾਈ ਕਰੇ। ਅਸੀਂ ਉਹ ਜਤਿੰਦਰ ਸਿੰਘ ਛਿੰਨੇ ਨੂੰ ਉਹਦੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇੱਥੋਂ ਕੰਨ ਲਵੇਟ ਕੇ ਚਲੇ ਜਾਣ, ਬੰਦੇ ਦੇ ਪੁੱਤਾਂ ਵਾਂਗ ਇਸ ਪਿੰਡ ਦਾ ਮਾਹੌਲ ਖਰਾਬ ਨਾ ਕਰਨ। ਪਿੰਡ ਦੇ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਜਿਹੜੀ ਕਾਰਵਾਈ ਕਰ ਰਿਹਾ ਉਹ ਆਪਣੀ ਕਰੇ, ਪਰ ਪਿੰਡ ਦੇ ਲੋਕ ਇੱਥੇ ਇਸ ਚੀਜ਼ ਲਈ ਫਿਕਰਮੰਦ ਸਨ ਕਿ ਸਾਡੇ ਘਰ ਦੇ ਜੀ ਵਾਪਸ ਆ ਜਾਣ, ਸਾਡੇ ਰਿਸ਼ਤੇਦਾਰ ਸਾਨੂੰ ਮਿਲ ਸਕਣ, ਸਾਡੇ ਜਾਨਵਰਾਂ ਦੀਆਂ ਕੋਈ ਧਾਰਾਂ ਕੱਢ ਲੈ ਆਣ ਕੇ, ਸਾਡੇ ਡੰਗਰਾਂ ਨੂੰ ਪੱਠੇ ਪੈ ਜਾਣ, ਸਾਡੀਆਂ ਫਸਲਾਂ ਨੂੰ ਪਾਣੀ ਲੱਗ ਜੇ। ਇਸ ਕੰਮ ਵਾਸਤੇ ਦੋ ਯੂਨੀਅਨ ਆਈਆਂ ਨੇ, ਇਹ ਜਤਿੰਦਰ ਸਿੰਘ ਛਿੰਨਾ ਐਂਡ ਪਾਰਟੀ ਮੁਖਬਰੀ ਕਰਨ ਤੋਂ ਬਾਜ ਆਵੇ। ਇਹਨਾਂ ਨੇ ਬਾਰ ਬਾਰ ਇਹ ਗੱਲ ਕਹੀ ਹੈ ਕਿ ਜਿਹੜੇ ਮੁੰਡਿਆਂ ਨੇ ਕੰਮ ਕੀਤਾ ਪੇਸ਼ ਕੀਤੇ ਜਾਣਗੇ, ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ। ਤੁਸੀਂ ਆਪਣੀਆਂ ਜੋ ਇਤਿਹਾਸ 'ਚ ਜੋ ਤੁਸੀਂ ਕਰਦੇ ਰਹੇ ਹੋ, ਜਿੰਨੇ ਤੁਸੀਂ ਮੁੰਡਿਆਂ ਦੀਆਂ ਮੁਖਬਰੀਆਂ ਕੀਤੀਆਂ ਬਾਜ ਆ ਜਾਓ। ਇੱਥੇ ਜਿਹੜਾ ਪ੍ਰਸ਼ਾਸਨ ਆਪਣੇ ਆਪ ਕਾਰਵਾਈ ਕਰ ਰਿਹਾ ਉਹਨੂੰ ਕਰਨ ਦਿਓ। ਜਿਹੜੀਆਂ ਯੂਨੀਅਨਾਂ ਕਿਸਾਨਾਂ ਦੇ ਇੱਥੇ ਕਿਸਾਨਾਂ ਦੇ ਹੱਕ 'ਚ ਆਈਆਂ ਨੇ ਉਹਨਾਂ ਨੂੰ ਆਪਣੀ ਕਾਰਵਾਈ ਕਰਨ ਦਿਓ। ਕਿਸਾਨਾਂ 'ਚ ਦਫੇੜ ਪਾਉਣ ਦੀ ਕੋਸ਼ਿਸ਼ ਨਾ ਕਰੋ, ਇੱਥੇ ਤੁਹਾਡੀ ਇੱਕ ਵੀ ਨਹੀਂ ਚੱਲਣ ਦਿੱਤੀ ਜਾਊਗੀ। ਜੇ ਪਿੰਡ ਦਾ ਮਾਹੌਲ ਸ਼ਾਂਤਮਈ ਰੱਖਣਾ, ਅਸੀਂ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹਾਂ। ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਕਿਸਾਨਾਂ ਵੱਲੋਂ ਕਿ ਜਤਿੰਦਰ ਸਿੰਘ ਛਿੰਨੇ ਨੇ ਇੱਥੋਂ ਭੇਜਿਆ ਜਾਵੇ। ਜੇ ਮੇਰੀ ਗੱਲ ਨਾਲ ਸਾਰੇ ਸਹਿਮਤ ਆ ਤਾਂ ਜਕਾਰੇ ਦੇ ਨਾਲ ਜਵਾਬ ਦਿਓ।